ਜਨਤਾ ਵੀ ਚੈਨਲ ਦੇ ਸਾਰਿਆਂ ਦਾ ਸਵਾਗਤ ਹੈ। ਇਸ ਵਕਤ ਅਸੀਂ ਖੜ੍ਹੇ ਹਾਂ ਬਰਨਾਲਾ ਸ਼ਹਿਰ ਦੇ ਵਿੱਚ, ਟਰਾਈਡੈਂਟ ਦੇ ਬਿਲਕੁਲ ਕੋਲ। ਗੱਲ ਸਾਹਮਣੇ ਆਈ ਹੈ ਕਿ ਇੱਥੇ ਮੋਟਰਸਾਈਕਲ ਨੂੰ ਅੱਗ ਲਾਈ ਗਈ ਹੈ। ਸਾਡੇ ਨਾਲ ਉਹ ਪਰਿਵਾਰ ਮੌਜੂਦ ਆ ਜਿਨ੍ਹਾਂ ਦੇ ਬੱਚਿਆਂ ਦੇ ਨਾਂ ਦਰਜ ਕੀਤੇ ਗਏ, ਅਤੇ ਗਲਬਤ ਕਰਦੇ ਮਾਤਾ ਨਾਲ ਇਹਨਾਂ ਦਾ ਕੀ ਕਹਿਣਾ? ਹਾਂਜੀ ਮਾਤਾ, ਕੀ ਕਹਿਣਾ ਚਾਹੁੰਦੇ? ਹਾਂ ਪੁੱਤ, ਅਸੀਂ ਇਹ ਕਹਿ ਰਹੇ ਹਾਂ ਵੀ ਉਹ ਸੰਧੂ ਪੱਤੀ ਜੋ ਇੱਧਰ ਕਰਨ ਕੀ ਆਏ ਜੇ ਬੱਚੇ ਜਣੇ ਸੀਗੇ ਨਾਲ ਅਨਕੇ, ਖੰਨੀ 25 ਤੇ ਖੰਨੀ 20 ਤੇ ਕਿਹੜੀ ਵਜ੍ਹਾ ਨਾਲ ਆਇਆ ਇੱਥੇ? ਜਦ ਅਸੀਂ ਅੰਦਰ ਪਿਆ, ਮੈਂ ਤਾਂ ਕੱਲੀ ਜਨਾਨੀਆਂ ਬੱਚੇ ਨਿੱਕੇ ਨਿੱਕੇ ਪਾਲਦੀਆਂ, ਅੱਜ ਪੁਲਿਸ ਆਈ ਸਵੇਰੇ ਫਟਾਫਟ ਅੰਦਰ ਮੇਰੇ ਕਿਰਾਏ ਤੇ ਰਹਿੰਦੇ ਨੇ ਉੱਪਰ, ਮੈਨੂੰ ਕਹਿੰਦੇ ਧੱਕੇ ਬਿਠਾਏ ਨੇ ਕਿਰਾਏ ਤੇ, ਗਲ ਘੁੱਟਣਗੇ ਫਿਰ ਪੁਲਿਸਾ ਹੀ ਘੁੱਟਣਗੇ ਮੇਰਾ ਗਲ ਤਾਂ। ਕਿਰਾਏ ਤਾਂ ਮੈਂ ਬੱਚੇ ਲੈ ਕੇ ਪਾਲ ਲੈਣਾ ਹੀ ਨੇ, ਜਦੋਂ ਮਾਂ ਛੱਡ ਕੇ ਵਾਗੀ ਇਹਨਾਂ ਨੂੰ ਨਿੱਕੇ ਨਿੱਕਿਆਂ ਨੂੰ। ਮੁੰਡਾ ਮੇਰਾ ਵਾਲ ਪੇਪਰ ਦਾ ਕੰਮ ਕਰਦਾ, ਬਾਹਰੇ ਕਰਦਾ ਗਾ, ਮੁੰਡੇ ਤਿੰਨ ਨੇ, ਤਿੰਨੇ ਹੀ ਅੱਡੋ ਅੱਡੀ ਨੇ, ਇਕੱਲੀ ਰਹਿੰਦੀ ਹਾਂ ਮੈਂ ਤਾਂ ਜਮਾਂ। ਉੱਪਰ ਮੇਰੇ ਕਿਰਾਏਦਾਰ ਰਹਿੰਦੇ ਨੇ, ਉਹਨਾਂ ਨੇ ਸੁੱਤੇ ਪਏ ਨੇ, ਚਾਦਰਾਂ ਲਾਈਆਂ ਨੇ ਪੁਲਿਸ ਵਾਲਿਆਂ ਨੇ, ਲੇਡੀ ਪੁਲਿਸ ਹੁੰਦੀ ਭਾਵੇਂ ਸਾਰੇ ਲਾਣਗੇ, ਸਾਨੂੰ ਕੋਈ ਛੋਟੇ ਮੁੰਡੇ ਨੂੰ ਚੱਕ ਕੇ ਲੈ ਗਏ, ਮਾਲ ਚਾਰਦਾ ਹੈਗਾ, ਬੱਕਰੀਆਂ ਬੁੱਕਰੀਆਂ ਚਾਰਦਾ ਹੈਗਾ, ਹੁਣ ਉਹਨਾਂ ਨਾਲ ਤਾਂ ਹੀ ਲੈ ਗਏ, ਤੇ ਹੁਣ ਅਸੀਂ ਇੱਥੇ ਗਏ ਨੀ ਹੈਗੇ। ਤੀਜਾ ਚੌਥਾ ਅਮੀਤ ਹੈਗਾ, ਛੋਟੇ ਨੂੰ ਲੈ ਗਏ ਅਮੀਤ ਨੂੰ, ਵੱਡੇ ਦਾ ਨਾਂ ਰਜੀਤ ਹੈਗਾ, ਉਹ ਵੀ ਨੀ ਸੀਗਾ, ਉਹ ਤਾਂ ਬਾਹਰੇ ਉਹ ਬਾਹਰੇ ਕੰਮ ਕਰਦਾ ਸੀਗਾ, ਇੱਥੇ ਲੜਾਈ ਉਹ ਬਾਹਰ ਬੰਦਿਆਂ ਤੋਂ ਦਾਖਲ, ਉਹਨਾਂ ਨੇ ਬਾਹਰ ਬੰਦੇ ਮੰਗਾ ਕੇ ਬਸਤੀ ਨੂੰ ਫੜਾਈ ਜਾਂਦੇ ਹੈਗੇ। ਪੁਲਿਸ ਸਾਡੇ ਅੰਦਰਾਂ ਵੜਦੀ ਹੈ, ਕੈਮਰੇ ਦੇਖ ਲਓ, ਚੈੱਕ ਕਰਨ ਲੱਗੇ ਕੈਮਰੇ ਅਸੀਂ ਪੁਲਿਸ ਵਾਸਤੇ, ਲੋਕਾਂ ਵਾਸਤੇ ਲਵਾਏ, ਆਪਣੇ ਡਰ ਵਾਸਤੇ ਲਵਾਏ। ਮੁੰਡੇ ਤਿੰਨ ਨੇ ਮੇਰੇ, ਤਿੰਨੇ ਅੱਡੋਡੀ ਨੇ ਆਪਣੇ, ਹੋਰ ਬਈਏ ਕਰਦੇ ਨੇ ਸਾਰਾ ਖਾਣਾ ਹੈਗਾ। ਇਹ ਮੋਟਰਸਾਈਕਲ ਨੂੰ ਅੱਗ ਲਾਉਂਦਾ ਹਨਾ, ਹਾਂ ਵੀ ਇਹ ਪਹਿਲਾਂ ਤੋੜਿਆ ਡੰਗਾ ਨਾ ਲਾਈ ਆ ਜੀ, ਫੇਰ ਅੱਗ ਲਾਈ ਆ, ਡੰਗਾ ਤੋੜਿਆ ਇਹਨੂੰ, ਸਾਨੂੰ ਕੀ ਪਤਾ ਉਹਦੇ ਸੁੱਤੇ ਪਏ ਅੰਦਰ, ਸਾਨੂੰ ਕੋਈ ਪਤਾ ਨਹੀਂ ਵੀ ਕਿਹਨੇ ਅੱਗ ਲਾਈ ਆ। ਰਾਜਾ ਬਾਬੂ ਕਹਿੰਦੇ ਨੇ ਕੋਈ ਲੜੋ ਆਪਣੇ ਘਰਾਂ ਚ ਲੜੋ, ਸਾਡੇ ਮੁਹੱਲੇ ਚ ਕਦੇ ਅੱਜ ਤੱਕ ਲੜਾਈ ਨਹੀਂ ਹੋਈ। ਮੈਂ ਕਿਹਾ 35 ਸਾਲ ਹੋ ਗਏ ਮੈਨੂੰ ਇੱਥੇ ਰਹਿਣ ਦੀ, ਨਾ ਬੱਚੇ ਮੇਰੇ ਸਰਕਾਰ ਚ ਪਏ ਹੋਏ ਨੇ, ਭਾਈ ਅੱਜ ਤੱਕ ਲੜਾਈ ਨਹੀਂ ਹੋਈ। ਕਹਿੰਦੇ ਨੇ ਪੰਜਾਬੀਆਂ ਨੂੰ ਰਹਿਣ ਨਹੀਂ ਦੇਣਾ, ਵੀ ਪੰਜਾਬੀਆਂ ਨੂੰ ਵੱਢਣਾ ਇੱਥੋਂ, ਵੱਢਣਾ ਡਾਂਗਾ ਚੱਲਦੀਆਂ। ਮੇਰਾ ਤਾਂ ਮਤਬੂਲੀ ਨੀ ਬਾਹਰ ਜਾਣ ਦਾ, ਮੈਂ ਕਦੋਂ ਜਾਵਾਂ? ਮੈਂ ਕੋਠੇ ਤੇ ਖੜੀ ਸੀ ਆਪਣੀ, ਸਾਡੇ ਮੁਹੱਲੇ ਦਾ ਬੰਦਾ ਆਪਾਂ ਕਹੀਏ ਦੇਖਦੇ ਹਾਂ।
ਨਿੱਕੇ ਨਿੱਕੇ ਬੱਚੇ ਲੈ ਕੇ ਚੱਕ ਨਿੱਕੇ ਨਿੱਕੇ ਨੂੰ ਚੱਲੇਗਾ ਪਰ ਉਹ ਬਟਾਉ ਕੋਲੇ ਖੜ ਲੈ ਨਾ ਤਿੰਨਾਂ ਨੂੰ ਤੇ ਮੇਰੇ ਆ ਜਵਾਕ ਨਹੀਂ ਪਾਲਦੀ ਕੋਲੇ ਦਿਖਾ ਸੰਗਾ ਤੂੰ ਨਿੱਕੇ ਨਿੱਕੇ ਲੈ ਕੇ ਆਂਟੀ ਸਾਡੇ ਬੱਕਰੇ ਚੜਦਾ ਹੈਗਾ ਉਹ ਸਾਡੇ ਘਰੇ ਉਸ ਟਾਈਮ ਬੈਠਾ ਸੀ ਮੋਟਰਸਾਈਕਲ ਲੱਗੇ ਦੋ ਦਿਨ ਹੋ ਗਏ ਸਾਡੇ ਘਰੇ ਬੈਠਾ ਸੀ ਜਦੋਂ ਮੋਟਰਸਾਈਕਲ ਤੋੜਿਆ ਡਾਂਗਾ ਨਾਲ ਫੇਰ ਅੱਗ ਲਾਈਏ ਸਾਨੂੰ ਤਾਂ ਮੁਸ਼ਕਿਲ ਪਤਾ ਲੱਗਿਆ ਵੀ ਮੋਟਰਸਾਈਕਲ ਨੂੰ ਅੱਗ ਲਾਈ ਤੈਨੂੰ ਤੂੰ ਬੋਲ ਤੂੰ ਤੈਨੂੰ ਬੋਲ ਬੋਲ ਨਾਲ ਆ ਜਿਹੜਾ ਰਿਪੋਰਟ ਦਿੱਤੀ ਉਹਨਾਂ ਬਈਆਂ ਨੂੰ ਪਤਾ ਹੈਗਾ ਜਿਹੜੇ ਭਈਏ ਜਾਂਦੇ ਆ ਮੋਟਰਸਾਈਕਲ ਨੇ ਅੱਗ ਲਾ ਕੇ ਨਾ ਸਾਡੇ ਜਵਾਕਾਂ ਨੂੰ ਧਰਦੇ ਆ ਸਾਡਾ ਬਾਲ ਸਾਡਾ ਲੱਕੇ ਲੱਕੇ ਸਿਧਾਣੇ ਨੂੰ ਉਹ ਹੈਗਾ ਹੈ ਨਹੀਂ ਹੈਗਾ ਮੱਕੇ ਸਾਡੇ ਚਾਰਦਾ ਹੈਗਾ ਸਾਡੇ ਨਾਲ ਹੋਰ ਵੀ ਮਹੱਲਾ ਵਾਸੀ ਮੌਜੂਦ ਹੈ ਆਪਾਂ ਗੱਲਬਾਤ ਕਰਦੇ ਹਾਂ ਕਿ ਜਿਹੜੀ ਮੋਟਰਸਾਈਕਲ ਨੂੰ ਅੱਗ ਲੱਗੀ ਹੈ ਅੱਗ ਕਿਹਨੇ ਲਾਈ ਆ ਔਰ ਇੱਥੇ ਗੈਰ ਬੰਦੇ ਕਿਉਂ ਆਏ ਨੇ ਉਹਨਾਂ ਦੇ ਇੱਥੇ ਨਜ਼ਦੀਕ ਘਰ ਸੀ ਜਾਂ ਨਹੀਂ ਸੀ ਕੌਣ ਸੀ ਗੱਲ ਕਰਦੇ ਆ ਹਾਂਜੀ ਹੈਲੋ ਲੱਖਾਂ ਸਧਾਣਾ ਵੀਰ ਜੀ ਨੂੰ ਸਾਡੀ ਬੇਨਤੀ ਹੈ ਜੀ ਸਾਡੀ ਵੀ ਮਦਦ ਕਰਨ ਵੀ ਜਿਹੜੇ ਉੱਪਰੇ ਬੰਦੇ ਆਉਂਦੇ ਨੇ ਤੋਂ ਬਾਹਰੋਂ ਦੂਰੋਂ ਚੱਲ ਕੇ ਉਹ ਕਿਹੜੀ ਵਜ੍ਹਾ ਨਾਲ ਆਉਂਦੇ ਨੇ ਜੀ ਤੁਸੀਂ ਸਾਡੀ ਵੀ ਮਦਦ ਕਰੋ ਤੁਸੀਂ ਸਾਡੇ ਭੋਰਾ ਭੋਰਾ ਬੱਚਿਆਂ ਨੂੰ ਤੜਕੀ ਚੱਕ ਕੇ ਲੈ ਗਏ ਇਹ ਕਿਹੜੀ ਵਜ੍ਹਾ 'ਚ ਲੈ ਗਏ ਨੇ ਜੀ ਉਹੀ ਕਮਾਉਂਦੇ ਹਾਂ ਅਤੇ ਉਹੀ ਖਾਂਦੇ ਹਾਂ ਅਸੀਂ ਬਦਮਾਸ਼ ਆ ਕੇ ਇੱਥੇ ਅੱਗਾਂ ਲਾਉਂਦੇ ਨੇ ਭਈਆਂ ਨੇ ਅੱਗ ਲਾਤੀ ਸਾਡੇ ਮੁੰਡੇ ਸਾਰੇ ਥਾਣੇ 'ਚ ਕਰਤੇ ਇਹ ਕੀ ਗੱਲ ਹੈ ਕਿਹੜੀ ਵਜ੍ਹਾ ਜੀ ਨਹੀਂ ਪੁੱਛ ਕਿਉਂ ਨਹੀਂ ਦੱਸ ਲਈ ਇਹ ਪੁਲਿਸ ਜੀ ਮੇਰੇ ਕਰਨ ਨੂੰ ਪੁੱਛਦੀ ਹੈ ਜੀ ਆਹ ਮੁੰਡਿਆਂ ਨੂੰ ਲੈ ਜੀ ਇੱਥੋਂ ਮੇਰੇ ਮਲਕੀਤ ਨੂੰ ਲੈ ਗਈ ਜੀ ਚੱਕ ਕੇ ਮੇਰਾ ਬੇਟਾ ਕੰਮ ਕਰਦਾ ਮਿਸਤਰੀਆਂ ਨਾਲ ਜੀ ਅਸੀਂ ਉਹੀ ਆਥਣ ਨੂੰ ਖਾਂਦੇ ਹਾਂ ਜੀ ਉਹੀ ਕਮਾਉਂਦੇ ਹਾਂ ਸਾਡੀ ਮਦਦ ਜ਼ਰੂਰ ਹੀ ਕਰਨੀ ਚਾਹੀਦੀ ਹੈ ਲੱਖਾਂ ਸਧਾਣਾ ਸਾਡੀ ਵੀ ਮਦਦ ਕਰ ਸਕਦਾ ਜਦੋਂ ਉਹਨਾਂ ਦੀ ਕਰ ਸਕਦਾ ਜੀ ਬਈ ਇਹ ਅੱਗ ਲਾ ਕੇ ਆਪ ਹੀ ਸਾਨੂੰ ਪੰਜਾਬੀਆਂ ਨੂੰ ਕਹਿੰਦੇ ਅਸੀਂ ਇੱਥੇ ਰਹਿਣ ਨਹੀਂ ਦੇਣਾ ਵੱਢ ਟੁੱਕੀ ਕਰਾਂਗੇ ਇਹਨਾਂ ਦੀ ਸਾਰੇ ਆ ਕੇ ਸਾਨੂੰ ਬਈ ਇਹ ਡਰਾਉਂਦੇ ਨੇ ਜਿਹੜੇ ਬਾਲ ਬੂਲ ਵੇਚਦੇ ਨੇ ਉਹ ਲੈਂਦੇ ਨੇ ਖਰੀਦਦੇ ਨੇ ਸਾਡੀ ਮਦਦ ਕਰਿਓ ਅਤੇ ਸਾਡਾ ਮੁੰਡਾ ਮਲੇਰ ਕੋਟਲੇ ਤੋਂ ਆ ਰਿਹਾ ਸੀਗਾ ਕੰਮ ਤੋਂ ਜਾਣ ਤੱਕ ਅਤੇ ਉਹਦੇ ਕਰਕੇ ਮੁੰਡੇ ਨੂੰ ਫੜ ਲਿਆ ਸੀਗਾ ਉਹ ਫਿਰ ਆ ਗਿਆ ਸੀ ਇੱਥੇ ਘਰ ਆਇਆ ਘਰੋਂ ਤੋਂ ਆ ਕੇ ਪੁਲਿਸ ਵਾਲੇ ਚੱਕ ਲਏ ਗਏ ਛੋਟੇ ਨੂੰ 12 ਸਾਲ ਦਾ ਮੁੰਡਾ ਹੈਗਾ ਅਮੀਤ ਹੈਗਾ 12 ਸਾਲ ਦਾ ਹੈਗਾ ਅਤੇ ਇੱਥੇ ਲੜਾਈ ਹੋਈ ਆ ਅੱਗ ਲਾਈ ਗਈ ਆ ਜਾਂ ਪਹਿਲਾਂ ਲੜਾਈ ਮੁੰਡੇ ਨੂੰ ਲੱਗ ਜਾਣਾ ਭੰਨਿਆ ਗਿਆ ਸਾਨੂੰ ਨਹੀਂ ਪਤਾ ਉਹ ਸਾਡਾ ਮੁੰਡਾ ਛੋਟਾ ਘਰੇ ਸੀਗਾ ਘਰੇ ਬੈਠੇ ਸੀ ਕਿਸੇ ਨੂੰ ਨਹੀਂ ਪਤਾ ਹੈਗਾ ਮੈਨੂੰ ਤਾਂ ਪਤਾ ਨਹੀਂ ਗੌਤਮ ਮੈਂ ਤਾਂ ਹੈ ਨਹੀਂ ਸੀ ਮੈਂ ਤਾਂ 10 ਵਜੇ ਕੰਮ ਤੋਂ ਆਉਂਦੀ ਹਾਂ ਹੋਟਲ ਤੋਂ ਮੇਰੇ ਆਉਂਦੇ ਨੂੰ ਬੱਚੇ 10 ਵਜੇ ਨੂੰ ਭਰੇ ਹੁੰਦੇ ਭਈਆ ਤੇ ਤੂੰ ਆਇਆ ਜਿਹੜੇ ਮੇਰਾ ਮੁੰਡਾ 10-12 ਸਾਲ ਦਾ ਹੈਗਾ ਅਕਸੇ ਨਾਂ ਹੈਗਾ ਉਹਦਾ ਅਕਸੇ ਅਤੇ ਉਹ ਦੇਖਣ ਇੱਕ ਛੋਟਾ ਮੁੰਡਾ ਹੈਗਾ ਮੇਰਾ ਛੋਟਾ ਮੁੰਡਾ ਦੀਪਾ ਨਾਂ ਹੈ ਉਹ ਦੇਖਣ ਆਇਆ ਇੱਥੇ ਪਤਾ ਨਹੀਂ ਕਿਹਦੀ ਲੰਬਾਈਆਂ ਦੀ ਲੜਾਈ ਹੋਣੀ ਹੈ ਦੇਖਣ ਆਇਆ ਤਾਂ ਦੇਖ ਫੋਟੋ ਖਿੱਚ ਕੇ ਲੈ ਗਏ ਉਹ ਸੱਕ ਤੇ ਉਹਨੂੰ ਪੁਲਿਸ ਵਾਲੇ ਦੂਜੇ ਮੁੰਡੇ ਨੂੰ ਲੈ ਕੇ ਫੋਟੋ ਮਾਰਾ ਭੱਜ ਗਿਆ ਛੋਟਾ ਮੁੰਡਾ ਹੈਗਾ ਮੇਰਾ 12-13 ਸਾਲ
ਉਹ ਡਰ ਦਾ ਮਾਰਾ ਭੱਜ ਗਿਆ ਤੇ ਉਹਨੂੰ ਹੁਣ ਉਹਨੂੰ ਖਿੱਚ ਕੇ ਲੈ ਗਏ ਉਹ ਸਾਡਾ ਮੁੰਡਾ ਆ ਰਿਹਾ ਸਾਰੇ ਲੋਕ ਕਹਿੰਦੇ ਪੇ ਸਾਹਮਣੇ ਸਾਰੇ ਲੋਕ ਕਹਿੰਦੇ ਪਤਾ ਨਹੀਂ ਲੱਗਾ ਕਿੰਨੇ ਅੱਗ ਬਚਾਈਏ ਕਿੰਨੇ ਲਾਈਏ ਹਾਂ ਸਾਨੂੰ ਨਹੀਂ ਪਤਾ ਕਿੰਨੇ ਬਚਾਈਏ ਉਹਨਾਂ ਦੇ ਭਾਈਆਂ ਨੇ ਆਪ ਹੀ ਅੱਗ ਲਾ ਕੇ ਆਪ ਹੀ ਉਹ ਸਾਨੂੰ ਬੰਦਿਆਂ ਨੂੰ ਫੜਾਈ ਜਾਂਦੇ ਨੇ ਸਾਨੂੰ ਫੜਾਈ ਜਾਂਦੇ ਨੇ ਜਿਹੜਾ ਦੇਖਣ ਦਾ ਉਹਨੂੰ ਫੜੀ ਜਾਂਦੇ ਨੇ ਥੋੜਾ ਹੁੰਦਾ ਸਾਡਾ ਵੱਡਾ ਮੁੰਡਾ ਦੇਖਣ ਆਇਆ ਉਹਨੂੰ ਫੜ ਸਾਡੀ ਬਾਤੀ ਨੂੰ ਲੈ ਕੇ ਚੱਕੇ ਐ ਥੋੜਾ ਹੁੰਦਾ ਬੇਟਾ ਐ ਥੋੜਾ ਹੁੰਦਾ ਵੀ ਆਪਣੀ ਨੌਂ ਖਾਈ ਜਾਓ ਕੋਈ ਗੱਲ ਪੁੱਛੋ ਵੀ ਕੀ ਉਹਦੇ ਬਦਲੇ ਛੋਟੇ ਮੁੰਡੇ ਨੂੰ ਚੱਕ ਲੈਵੇ 12 ਸਾਲ ਦੇ ਨੂੰ ਮੇਰੇ ਮੁੰਡੇ ਨੂੰ ਰੋਟੀ ਖਾਂਦੇ ਨੂੰ ਲੈ ਕੇ ਵਿਚਾਰੇ ਨੂੰ ਜਦੋਂ ਸੁਣਨੇ ਸਾਰੀ ਘਟਨਾ ਘੜੀ ਆ ਤੁਸੀਂ ਅੱਜ ਜੇ ਇੰਨੇ ਜਣ ਖੜੇ ਹੋ ਤੁਸੀਂ ਜਾ ਕੇ ਥਾਣੇ 'ਚ ਜਾ ਕੇ ਪੁੱਛਿਆ ਵੀ ਕੀ ਗੱਲ ਕੀ ਹੁੰਦੀ ਉਹ ਤਾਂ ਕੱਲੀ ਮੈਂ ਥਾਣੇ 'ਚ ਆਈ ਹਾਂ ਮੈਨੂੰ ਕਿਸੇ ਨੇ ਮੇਰੇ ਮੁੰਡੇ ਨੂੰ ਨਹੀਂ ਦੇਖਣ ਦਿੱਤਾ ਲੈ ਮੇਰੀਆਂ ਅੰਦਰਾਂ ਤੜਫਦੀਆਂ ਸੀ ਤੜਫਦੇ ਸਾਡੇ ਕਈਆਂ ਮਤਲਬ ਕੋਈ ਨਹੀਂ ਹੈਗਾ ਜਾਣ ਹੁਣੇ ਵੀ ਮੈਂ ਆਪਣੀ ਸਟੋਰ 'ਚ ਆਉਂਦੀ ਹਾਂ ਕਿਉਂ ਹੋਇਆ ਮੇਰੇ ਨਾਲ ਤਾਂ ਫਿਰ ਮੈਂ ਕਿਹਾ ਕਿ ਮੈਂ ਉਹ ਤਾਂ ਸਾਡੇ ਮੁੰਡੇ ਚਲ ਜਵਾਬ ਨਹੀਂ ਹੈਗੇ ਉੱਥੇ ਰੋਟੀ ਪਾਣੀ ਖਾਣੇ ਮੇਰਾ ਘਰ ਦੇਖੋ ਜਾ ਕੇ ਬਣੀ ਬਣੀ ਹੋਈ ਮੈਂ ਹੁਣ ਬਣਾ ਚੋ ਕੇ ਜਾਂ ਤੇ ਉੱਥੇ ਹੀ ਲੱਗੇ ਕਹਿੰਦਾ ਕਿ ਕਿੱਥੇ ਲੈ ਕੇ ਗਏ ਆ ਸਾਡਾ ਤਾਂ ਉਹੀ ਕਮਾਉਂਦੇ ਆ ਤੇ ਜਵਾਨ ਪੁੱਤ ਥਾਣੇ 'ਚ ਦਿਖਾ ਨਹੀਂ ਰਿਹਾ ਹੈਗੇ ਸਾਨੂੰ ਮੈਂ ਕੱਲੀ ਜੀ ਵੀ ਮੈਨੂੰ ਮੇਰਾ ਪੁੱਤ ਜੀ ਦਿਖਾਇਆ ਕੱਲੀ ਦਿਖਾਇਆ ਨਹੀਂ ਥਾਣੇ ਗਏ ਰਹੇ ਵੀ ਥਾਣੇ ਗਏ ਮੈਂ ਕਿਹਾ ਮੈਨੂੰ ਕਿੱਥੇ ਥਾਣੇ ਵੀ ਚੱਕ ਕਰੋ ਇੱਕ ਬੱਲਾ ਬੋਲਾਂ ਥਾਣੇ 'ਚ ਜਾ ਕੇ ਬਹਿ ਕੇ ਮੁੰਡੇ ਜੀ ਮੈਂ ਮੇਰੇ ਮੁੰਡੇ ਨਾਲ ਮੈਨੂੰ ਗੱਲ ਤਾਂ ਕਰਾ ਦਿਓ ਤੁਸੀਂ ਕੀ ਗੱਲ ਆ ਕੀ ਵਜ੍ਹਾ ਜੇ ਮੇਰੇ ਪੋਤੇ ਹੈਗੇ ਨੇ ਮੈਂ ਪੇਸ਼ ਕਰ ਦੂੰ ਇੱਥੇ ਜੇ ਕੋਈ ਐਸੀ ਵੈਸੀ ਗੱਲ ਹੈਗੀ ਵੀ ਐਵੇਂ ਨਜਾਇਜ਼ ਕਿਉਂ ਚੱਕਦੇ ਨੇ ਮੇਰੇ ਪੋਤਿਆਂ ਦੀ ਗਰੰਟੀ ਦਿੰਦੀ ਆ ਵੀ ਮੇਰੇ ਪੋਤੇ ਲੜਾਈ 'ਚ ਨਹੀਂ ਜਾਂਦੇ ਜਾਂਦੇ ਮੈਂ ਰੋਕੇ ਹੋਏ ਨੇ ਮੇਰੇ ਪੋਤੇ ਵੀ ਪੋਤਾ ਆਪਣੇ ਕੋਲ ਕੁਛ ਨਹੀਂ ਹੈਗਾ ਆਪਾਂ ਗਰੀਬ ਆ ਆਪਾਂ ਟਾਈਮ ਪਾਸ ਮਸਾ ਕਰਦੇ ਹਾਂ ਕਰਦੇ ਵੀ ਹਾਂ ਅਸੀਂ ਖਾਈ ਜਾਂਦੇ ਮੇਰਾ ਘਰ ਦੇਖੋ ਜਾਵੇ ਜਾ ਕੇ ਪੋਤੇ ਤਾਂ ਮੇਰੇ ਹੈਗੇ ਤਿੰਨ ਮੇਰਾ ਘਰ ਦੇਖਿਆ ਜਾਵੇ ਵੀ ਕਿ ਅਸੀਂ ਕੁੰਡੀ 'ਚ ਬੈਠੇ ਆਪਾਂ ਮੇਰਾ ਅੱਜ ਛੱਤ ਲਿਖੀ ਜੇ ਮੇਰੇ ਜਵਾਕਾਂ ਦੇ ਉੱਤੇ ਪੌਂਸ ਵਾਲੇ ਵੀ ਦੇਖ ਕੇ ਗਏ ਨੇ ਦੇਖ ਗਏ ਕਰਕੇ ਆਏ ਸੀਗੇ ਘਰਾਂ 'ਚ ਵਰ ਗਏ ਅੰਦਰ ਕਮਰੇ 'ਚ ਵਰ ਗਏ ਸੁੱਤਿਆਂ ਉਹਨੇ ਚੱਕ ਲਏ ਗਏ ਜਵਾਕਾਂ ਨੂੰ ਵੀ ਅੰਦਰ ਵਰ ਗਏ ਆ ਕੇ ਵੀ ਅਸੀਂ ਤਾਂ ਆਪ ਗਰੀਬ ਬੰਦੇ ਸਨੀ ਮੰਗਦੇ ਤੇ ਖਾਂਦੇ ਗੇਰਾ ਲਾਉਂਦੇ ਹੈਗੇ ਅਸਾਂ ਨੂੰ ਇੱਕ ਗੱਲ ਦੱਸ ਮੁੰਡੇ ਨੂੰ ਪੁੱਛ ਫੜ ਕੇ ਲੈ ਗਏ ਥਾਣੇ ਕਿਉਂ ਨਹੀਂ ਥਾਣੇ 'ਚ ਫਿਰ ਅਸੀਂ ਮੈਂ ਇਕੱਲੀ ਗਈ ਨਹੀਂ ਨਹੀਂ ਤੁਸੀਂ ਤਿੰਨ ਜਾਂ ਤਿੰਨਾਂ ਦਾ ਨਾ ਪੈਦਾ ਚਾਰਾਂ ਨਾ ਪੈਦਾ ਚਾਰੀ ਇਕੱਠੇ ਤੋਂ ਜਾਂਦੇ ਤੁਸੀਂ ਹੋਰ ਇਹਨਾਂ ਨੇ ਮੈਨੂੰ ਦੱਸਿਆ ਨਹੀਂ ਹੁਣ ਫਿਰ ਦੁਬਾਰਾ ਚਲੋ ਤੇ ਸਾਨੂੰ ਜਵਾਕ ਦਿਖਾਓ ਮੇਰੀ ਗੱਲ ਕਰੋ ਉੱਥੇ ਤਾਂ ਇਹ ਵੀ ਮਾਰੀ ਜਾਂਦੇ ਜਵਾਕਾਂ ਨੂੰ ਮੈਂ ਉਹ ਕਹਿ ਕੇ ਨਾ ਜਵਾਕ ਦਿੱਤੇ ਹੈਗੇ ਨਹੀਂ ਲੈ ਫਿਰ ਇਹਨਾਂ ਨੂੰ ਪੁੱਛਦੇ ਨਹੀਂ ਤੇ ਕਰਦੇ ਤੁਸੀਂ ਤੇ ਕਹੇ ਹੋ ਕਿ ਮੈਂ ਹੁਣੇ ਹੋ ਕੇ ਕਰਾਂ ਮੰਗ ਕੀ ਕਰਦੇ ਗੇਰਾ ਲਾਉਣੇ ਸ਼ਨੀਵਾਰ ਦਾ ਮੰਗ ਕੀ ਕਰਦੇ ਮੰਗ ਸਾਡੀ ਬੇਟੀ ਮੰਗ ਵੀ ਸਾਡਾ ਜਵਾਕ ਸਾਡਾ ਫੈਸਲਾ ਹੋਣਾ ਚਾਹੀਦਾ ਸਾਡਾ ਫੈਸਲਾ ਹੋਣਾ ਚਾਹੀਦਾ ਤੁਸੀਂ ਅੱਗ ਲਵਾ ਕੇ ਉਹਨਾਂ ਨੂੰ ਫੜਾਈ ਜਾਂਦੇ ਬਸਤੀ ਵਾਲਿਆਂ ਨੂੰ ਜਿਹਨੇ ਸਾਡੇ ਜਵਾਕਾਂ ਦੇ ਫੋਟੋ ਮਹੱਲੇ ਵਾਲੇ ਇਹਨਾਂ ਦੇ ਚਾਰ ਬੱਚੇ ਨਾਂ ਨੇ ਨਾ ਸੱਚੇ ਨੇ ਜਾਂ ਝੂਠੇ ਨੇ ਤੁਸੀਂ ਇਹਨੇ ਤਰਫ ਦੇਖੀ ਹੈ ਸਾਡੇ ਹਾਂ ਕੀ ਮਾਮਾ ਦੀ ਤਰਫ ਕੀ ਹੈ ਵੀ ਅਸੀਂ ਮਾਮਾ ਹੁਣ ਕੀ ਕਰਾਂਗੇ ਚੁੱਪ ਕਰ ਜਾਣ ਬੋਲਿਆ ਹੁਣ ਇਹਨਾਂ ਦੀ ਤਰਫ ਕੀ ਹੈ ਮੋਟਰਸਾਈਕਲ ਨੂੰ ਅੱਗ ਲਾਈ ਗਈ ਹੈ ਇਹ 'ਚ ਕਿੰਨੀ ਸੱਚਾਈ ਹੈ ਔਰ ਕਿੰਨਾ ਝੂਠ ਹੈ ਅਸੀਂ ਤੁਹਾਨੂੰ ਉਸ ਪੁਲਿਸ ਪ੍ਰਸ਼ਾਸਨ ਦਾ ਪੱਖ ਵੀ ਦਿਖਾਵਾਂਗੇ ਜਿਨ੍ਹਾਂ ਕੋਲ ਇਹਨਾਂ ਦਾ ਕੇਸ ਹੈ ਤੁਸੀਂ ਸਾਡੇ ਨਾਲ ਜੁੜੇ ਰਹੋ ਉਹਨਾਂ ਦਾ ਪੱਖ ਦੇਖਣ ਦੇ ਲਈ ਸਰ ਜਿਹੜੀ ਮੋਟਰਸਾਈਕਲ ਨੂੰ ਅੱਗ ਲਾਉਣ ਵਾਲਾ ਮਸਲਾ ਤੁਹਾਡੇ ਧਿਆਨ 'ਚ ਹੈ ਜੀ ਹਾਂਜੀ ਹਾਂਜੀ ਹਾਂ ਸਰ ਕੀ ਘਟਨਾ ਘਟੀ ਸੀ ਜੀ ਉਹ ਇਹ ਮੋਟਰਸਾਈਕਲ ਨੂੰ ਅੱਗ ਲਾਉਣ ਤੋਂ ਪਹਿਲਾਂ ਉਹਨਾਂ ਦੀ ਲੜਾਈ ਹੋਈ ਸੀ ਘਰ ਜਾ ਕੇ ਮਨੀਸ਼ ਕੁਮਾਰ ਸੀਗਾ ਨਾਲੇ ਦੇ ਦੋ ਆਦਮੀ ਹੋਰ ਸੀਗੇ ਜਿਨ੍ਹਾਂ ਨੂੰ ਇਹਨਾਂ ਨੇ ਵੱਡਾ ਜਿੱਤੇ ਸੱਟਾਂ ਮਾਰੀਆਂ ਕਿ ਦਾਖਲ ਹੋ ਗਏ ਸੀਗੇ ਅਤੇ ਉਹਨਾਂ ਮਨੀਸ਼ ਕੁਮਾਰ ਦੇ ਬਿਆਨ 'ਤੇ ਬੰਦ ਯਾਤਰਾ ਵੱਧ ਹੈ ਤਾਂ ਮੁਕੱਦਮਾ ਦਰਜ ਕਰ ਦਿੱਤਾ ਅੱਗ ਦੀ ਤਫਤੀਸ਼ ਜਾਰੀ ਆ ਹਜੇ ਗ੍ਰਿਫਤਾਰੀ ਬਾਕੀ ਹੈ ਠੀਕ ਹੈ ਸਰ ਕਿਹੜੇ ਕਿਹੜੇ ਨਾਂ 'ਤੇ ਐਫ ਆਈ ਆਰ ਕੱਟੀ ਗਈ ਹੈ ਜੀ ਐਫ ਆਈ ਆਰ ਹਜੇ ਤਾਂ ਰਾਜਾ ਬਾਬੂ ਆ ਗਈ ਇੱਕ ਅਤੇ 7-8 ਨਾਮ ਮਨੋਜ ਨੇਗੇ ਜੋ ਕਿ ਤਫਤੀਸ਼ ਦੇ ਵਿੱਚ ਸਾਹਮਣੇ ਆਉਣਗੇ ਤਾਂ ਬੰਦੇ ਦੋਸ਼ੀ ਨਾਮ ਮਿਲ ਗਏ